ਮਨੀਤ ਬਿੱਟੂ ਦੇਖੋ ਉਹਦੀ ਆਦਤ ਪਤਾ ਕੀ ਹੈ, ਉਹਦੀ ਆਦਤ ਹੈ ਵੀ ਇਹੋ ਜਿਹੇ ਬਿਆਨ ਦੇ ਕੇ ਅਤੇ ਹੋਸ਼ਾਪਣ ਕਰਕੇ ਅਤੇ ਅਟੈਂਸ਼ਨ ਚਾਹੁੰਦਾ, ਅਤੇ ਜੇ ਮੀਡੀਆ ਨੂੰ ਟੈਂਸ਼ਨ ਦੇਣੀ ਬੰਦ ਕਰ ਦੂਗਾ ਤਾਂ ਸਾਰਾ ਕੁਝ ਠੀਕ ਹੋਏਗਾ। ਉਹਨਾਂ ਨੂੰ ਕਹੋ ਵੀ ਤੂੰ ਸੀ ਐੱਮ ਦੀ ਕੋਠੀ ਛੱਡ ਕੇ ਪੀ ਐੱਮ ਦੀ ਕੋਠੀ ਦਾ ਘਰਾਬ ਕਰ ਲੈ, ਸਾਧ ਨੇ ਇਸ ਗੱਲ ਦਾ ਕੀ ਲੈਣਾ ਦੇਣਾ। ਜਦੋਂ ਕੋਈ ਬੰਦਾ ਇਹ ਅਪਸੈਟ ਹੋ ਜਾਵੇ, ਜਦੋਂ ਕੋਈ ਬੰਦੇ ਨੂੰ ਹੋਰ ਕੋਈ ਖਿਆਲ ਹੀ ਨਾ ਆਵੇ, ਸੁਪਨੇ ਕਿਸੇ ਬੰਦੇ 'ਤੇ ਆਉਣ ਲੱਗ ਪੈਣ, ਤਾਂ ਮੈਨੂੰ ਲੱਗਦਾ ਵੀ ਉਹਦੇ ਜਵਾਬ ਦਿੰਦੇ ਆਪਾਂ ਚੰਗੇ ਲੱਗਦੇ। ਮੈਂ ਇਹ ਗੱਲ ਕਹੀ ਹੈ ਵੀ ਬੰਦੇ ਦਾ ਪਾਸਪੋਰਟ ਮਹਾਤਮਾ ਗਾਂਧੀ ਦੇ ਕੋਲ ਬ੍ਰਿਟਿਸ਼ ਇੰਡੀਆ ਦਾ ਪਾਸਪੋਰਟ ਸੀ, ਹੁਣ ਤੁਸੀਂ ਦੱਸੋ ਵੀ ਮਹਾਤਮਾ ਗਾਂਧੀ ਅੰਗਰੇਜ਼ ਸੀ? ਨਹੀਂ ਸੀ। ਪਾਵਰ ਕਿਸੇ ਹੋਰ ਕੋਲ ਹੁੰਦੀ ਹੈ, ਉਹਦੇ ਤੰਤਰ ਦੇ ਅਧੀਨ। ਜ਼ਰੂਰੀ ਤਾਂ ਨਹੀਂ ਨਾ ਵੀ ਅਸੀਂ ਉਹਨੂੰ ਆਪਣੇ ਤੰਤਰ ਦਾ ਆਪਣੇ ਆਪ ਨੂੰ ਤਾਂ ਹਿੱਸਾ ਮੰਨੀਏ। ਮਜਬੂਰੀ ਵਾਸਤੇ ਹੋ ਸਕਦਾ ਕੋਈ ਕਹੇ ਪਾਸਪੋਰਟ ਅਸੀਂ ਟਰੈਵਲ ਡਾਕੂਮੈਂਟ ਟਰੈਵਲ 'ਤੇ ਕਰਨਾ ਹੀ। ਪੰਜਾਬ ਦਾ ਮਾਹੌਲ ਉਹ ਖਰਾਬ ਕਰ ਰਹੇ ਨੇ ਜਿਹੜੇ ਝੂਠੇ ਪਰਚੇ ਪਾਉਂਦੇ ਨੇ, ਉਹ ਖਰਾਬ ਕਰ ਰਹੇ ਨੇ ਜਿਹੜੇ ਨਸ਼ੇ ਵਿੱਚ ਉਹਨਾਂ ਨੂੰ ਨੱਥ ਨਹੀਂ ਪਾਉਂਦੇ, ਉਹ ਖਰਾਬ ਕਰ ਰਹੇ ਨੇ ਜਿਹੜੇ ਅੰਮ੍ਰਿਤ ਸੰਚਾਰ ਦੀ ਮੁਹਿੰਮ ਨੂੰ ਡੱਕਣਾ ਚਾਹੁੰਦੇ ਨੇ, ਪੰਜਾਬ ਦਾ ਮਾਹੌਲ ਉਹ ਖਰਾਬ ਕਰ ਰਹੇ ਨੇ ਜਿਹੜੇ ਨੌਜਵਾਨੀ ਨੂੰ ਪੁਰਾਣੇ ਬੰਦੀ ਸਿੰਘ ਛੱਡਣ ਦੀ ਬਜਾਏ ਨਵਿਆਂ ਨੂੰ ਜੇਲ੍ਹਾਂ 'ਚ ਡੱਕਣ ਦੀ ਤਿਆਰੀ ਕਰੀ ਬੈਠੇ ਨੇ। ਪੰਜਾਬ ਦਾ ਮਾਹੌਲ ਉਹਨਾਂ ਖਰਾਬ ਕੀਤਾ ਹੈ। ਪੰਜਾਬ ਦਾ ਮਾਹੌਲ ਆ ਦੇਖੋ, ਇੱਥੇ ਤੁਹਾਨੂੰ ਲੱਗਦਾ ਵੀ ਕੋਈ ਨਸ਼ੇ ਕਰਨ ਵਾਲੇ ਤੁਰੇ ਫਿਰਦੇ ਨੇ? ਇੱਥੇ ਉਹ ਨੌਜਵਾਨ ਨੇ ਜਿਹੜੇ ਨਸ਼ਿਆਂ ਦੇ ਕੋਰਟ 'ਚੋਂ ਨਿਕਲਣਾ ਚਾਹੁੰਦੇ ਜਾਂ ਨਿਕਲ ਚੁੱਕੇ ਆ। ਇੰਨੀ ਨੌਜਵਾਨੀ ਅੰਮ੍ਰਿਤ ਸੰਚਾਰ ਵਧਿਆ ਕਿ ਨਹੀਂ ਵਧਿਆ, ਇਹ ਤੁਸੀਂ ਆਪ ਗਰਾਊਂਡ 'ਤੇ ਜਾ ਕੇ ਪਿੰਡਾਂ 'ਚ ਜਾ ਕੇ ਪਤਾ ਕਰੋ। ਇੱਥੇ ਇੱਕ ਪਿੰਡ ਹੈ ਅਜਨਾਲੇ 'ਚ, ਉਸ ਨਗਰ ਦੀ ਮੈਨੂੰ ਅੱਜ ਹੀ ਰਿਪੋਰਟ ਮਿਲੀ, ਇੱਕ ਪਿੰਡ 'ਚੋਂ 80 ਮੁੰਡੇ ਨਸ਼ੇ 'ਚ ਮਰ ਗਏ। ਇੱਕ ਪਿੰਡ ਦੇ ਵਿੱਚੋਂ 80 ਜਾਣੇ ਦੇ ਨਸ਼ੇ ਦੇ ਵਿੱਚ ਮੌਤ ਹੋ ਜਾਣੀ, ਇਹ ਕੋਈ ਛੋਟੇ ਮੋਟਾ ਵਰਤਾਰਾ ਥੋੜ੍ਹੀ ਹੈ। ਮੀਡੀਆ ਨੂੰ ਮੇਰੀ ਬੇਨਤੀ ਹੈ ਵੀ ਪੰਜਾਬ ਦੀ ਅਸਲ ਤਸਵੀਰ ਇਹਨਾਂ ਨੂੰ ਦਿਖਾਈ ਜਾਵੇ, ਇਹਨਾਂ ਨੂੰ ਦੱਸੋ ਵੀ ਇਹ ਮਾਹੌਲ ਕਿੰਨੇ ਵਿਗਾੜਿਆ, ਇਹ ਨਸ਼ੇ ਵਾਲਾ ਕੰਮ ਕਿੰਨੇ ਕੰਟਰੋਲ 'ਚ ਕਰਨਾ ਸੀ, ਪੁਲਿਸ ਦਾ ਕੰਮ ਕੀ ਹੈ, ਡਿਊਟੀ ਕੀ ਹੈ, ਇਹ ਸਾਰਾ ਅਸੀਂ ਦੱਸੀ ਹੁਣ ਇਹਨਾਂ ਨੂੰ ਜਾ ਕੇ, ਜੇ ਅਸੀਂ ਨਸ਼ਿਆਂ ਦੇ ਖਿਲਾਫ਼ ਮੁਹਿੰਮ ਤੋਰੀਏ ਸਾਡੇ ਝੂਠੇ ਪਰਚੇ ਪਾਉਣ ਤੁਰ ਪਏ। ਸੋ ਮੇਰੇ ਖਿਆਲ ਦੇ ਨਾਲ ਜਿਹੜਾ ਕਾਰਜ ਹੈ ਉਹ ਆਪਣਾ ਕਰਨਗੇ, ਅਤੇ ਲੋਕਾਂ ਦੇ ਵਿੱਚ ਇਹਦਾ ਝੂਠ ਪ੍ਰਚਾਰ ਕਰਕੇ ਅੱਗੇ ਨਾ ਕਿਸੇ ਦਾ ਕੁਛ ਬਣਿਆ ਨਾ ਅਗਾਂਹ ਬਣਨਾ। ਜੇ ਮੀਡੀਆ ਇਹ ਗੱਲ ਆਪ ਦੱਸੇ ਸਾਨੂੰ ਪੁੱਛਣ ਤੋਂ ਬਿਨਾਂ, ਤਾਂ ਚੰਗੀ ਗੱਲ ਹੈ ਮੈਨੂੰ ਲੱਗਦਾ। ਫਿਰ ਨੌਜਵਾਨੀ ਦੀ ਕੀ ਰੌਂ ਹੈ, ਜੇ ਸਾਨੂੰ ਅਸੀਂ ਤਾਂ ਕਹਾਂਗੇ ਨੌਜਵਾਨੀ ਸਾਡੇ ਨਾਲ ਹੈ, ਪਰ ਤੁਸੀਂ ਦਿਖਾਉਣੀ ਹੈ ਸੰਸਾਰ ਦੇ ਵਿੱਚ ਵੀ ਨੌਜਵਾਨੀ ਦਾ ਰੌਂ ਕੀ ਹੈ। ਮਨ ਦੇ ਵਲਵਲੇ ਨੌਜਵਾਨ ਤਾਂ ਇਹੋ ਹੀ ਵੀ ਨੌਜਵਾਨ ਨੇ ਹੋਰ ਜ਼ੁਲਮ ਨਹੀਂ ਸਹਿਣਾ, ਅਤੇ ਹਕੂਮਤਾਂ ਨੂੰ ਚਾਹੀਦਾ ਵੀ ਸ਼ਾਂਤਮਈ ਤਰੀਕੇ ਨਾਲ ਸਿੱਖਾਂ ਦੇ ਹੱਕ ਦਿੱਤੇ ਜਾਣ। ਦੇਖੋ ਉਹਨਾਂ ਨੇ ਨਾ ਇੱਕ ਤਰੀਕਾਕਾਰ ਅਪਣਾਇਆ, ਪੰਜਾਬ ਦੇ ਹੱਕਾਂ ਦੀ ਕੋਈ ਗੱਲ ਕਰੇ ਉਹਨੂੰ ਆਈਸਾਈ ਨਾਲ ਜੋੜ ਦਿਉ, ਉਹਨੂੰ ਪਾਕਿਸਤਾਨ ਨਾਲ ਜੋੜ ਦਿਉ। ਪਾਕਿਸਤਾਨ 'ਚ ਹਾਲਾਤ ਅੱਗੇ ਉਹੋ ਜਿਹੇ ਖਰਾਬ ਨੇ, ਉਹਨਾਂ ਦੀ ਆਪਣੀਆਂ ਮੁਸ਼ਕਲਾਂ ਚੱਲ ਰਹੀਆਂ ਨੇ, ਸੋ ਇਹਨਾਂ ਨੂੰ ਆਪਣੇ ਵੱਲ ਧਿਆਨ ਦੇਣਾ ਚਾਹੀਦਾ ਇੱਥੇ ਵੀ ਇੱਥੇ ਲੋਕਾਂ ਦੀਆਂ ਕੀ ਮੁਸ਼ਕਲਾਂ ਨੇ। ਜੇ ਸਿੱਖਾਂ ਦੇ ਹਕੀਕ ਹੱਕ ਨਾ ਦੱਬਣ ਅਤੇ ਨਾ ਕੋਈ ਕਿਸੇ ਨੂੰ ਗੱਲ ਕਰੇ, ਨਾ ਕੋਈ ਮੋਹਰੇ ਲਾਲਣ ਦੀ ਗੱਲ ਹੋਵੇ, ਇਹ ਆਪਣੇ ਸਿੱਖਾਂ ਦੇ ਹੱਕ ਦੇ ਦੇਣ, ਬੰਦੀ ਸਿੰਘ ਰਿਹਾਅ ਕਰ ਦੇਣ, ਸਿੱਖਾਂ ਦਾ ਪਾਣੀ ਨਾ ਲੁੱਟਣ, ਸਿੱਖਾਂ ਨੂੰ ਆਜ਼ਾਦੀ ਦੇਣ, ਸਾਨੂੰ ਕੀ ਲੋੜ ਹੈ? ਸਾਨੂੰ ਕੋਈ ਲੋੜ ਹੈ ਵੀ ਨੌਜਵਾਨਾਂ ਨੂੰ ਇਹ ਚਾਹਤ ਨਹੀਂ ਹੁੰਦਾ ਕਿਸੇ ਨੂੰ ਵੀ ਆਪਣੇ ਘਰ ਬਾਹਰ ਛੱਡ ਕੇ ਅਸੀਂ ਸੜਕਾਂ ਤੁਰੇ ਫਿਰੀਏ? ਮੈਂ ਇਹ ਗੱਲ ਕਹੀ ਹੈ ਵੀ ਬੰਦੇ ਦਾ ਪਾਸਪੋਰਟ ਮਹਾਤਮਾ ਗਾਂਧੀ ਦੇ ਕੋਲ ਬ੍ਰਿਟਿਸ਼ ਇੰਡੀਆ ਦਾ ਪਾਸਪੋਰਟ ਸੀ, ਹੁਣ ਤੁਸੀਂ ਦੱਸੋ ਵੀ ਮਹਾਤਮਾ ਗਾਂਧੀ ਅੰਗਰੇਜ਼ ਸੀ? ਨਹੀਂ ਸੀ ਨਾ। ਅਤੇ ਇਸ ਕਰਕੇ ਦੁਨੀਆ ਦੇ ਉੱਤੇ ਕੋਈ ਵੀ ਜਦੋਂ ਆਜ਼ਾਦੀ ਦਾ ਸੰਘਰਸ਼ ਚੱਲਦਾ ਹੈ, ਹੈਂ, ਨਹਿਰੂ ਦੇ ਕੋਲ ਪਾਸਪੋਰਟ ਸੀ, ਜਨਾਹ ਦੇ ਕੋਲ ਪਾਸਪੋਰਟ ਸੀ, ਸਾਰਿਆਂ ਦੇ ਕੋਲ UK ਜਾਂਦੇ ਸੀ, ਉਹਨਾਂ ਦੇ ਇਸ ਕਾਲਜ ਦੇ ਲਾਅ ਡਿਗਰੀਆਂ ਸੀ, ਜਿਹੜੇ ਬ੍ਰਿਟਿਸ਼ ਇੰਡੀਆ ਦੇ ਕੋਰਟ ਸੀ ਉਹਨਾਂ 'ਚ ਪ੍ਰੈਕਟਿਸ ਕਰਦੇ ਸੀ ਲੋਇਰ ਦੀ। ਸੋ ਮੈਨੂੰ ਇਹ ਲੱਗਦਾ ਭਗਤ ਸਿੰਘ ਹੋਣਾ ਦੇ ਸਕੂਲ ਦੇ ਸਰਟੀਫਿਕੇਟਾਂ ਦੇ ਬ੍ਰਿਟਿਸ਼ ਇੰਡੀਆ ਦੇ ਅੰਡਰ ਸਕੂਲ ਸੀ ਸਾਰੇ ਉਹ ਮੌਕੇ ਦੇ ਉੱਤੇ। ਸੋ ਜਦੋਂ ਪਾਵਰ ਕਿਸੇ ਹੋਰ ਕੋਲ ਹੁੰਦੀ ਹੈ ਉਹਦੇ ਤੰਤਰ ਦੇ ਅਧੀਨ, ਜ਼ਰੂਰੀ ਤਾਂ ਨਹੀਂ ਨਾ ਵੀ ਅਸੀਂ ਉਹਨੂੰ ਆਪਣੇ ਤੰਤਰ ਦਾ ਆਪਣੇ ਆਪ ਨੂੰ ਤਾਂ ਹਿੱਸਾ ਮੰਨੀਏ। ਮਜਬੂਰੀ ਵਾਸਤੇ ਹੋ ਸਕਦਾ ਕੋਈ ਕਹੇ ਪਾਸਪੋਰਟ ਅਸੀਂ ਟਰੈਵਲ ਡਾਕੂਮੈਂਟ ਟਰੈਵਲ 'ਤੇ ਕਰਨਾ ਹੀ ਹੈ। ਸੋ ਇਸ ਕਰਕੇ ਇਹ ਇਸ਼ੂ ਬਣਾਉਣਾ ਹੀ ਇਹ ਬੜਾ ਨੌਨਸੈਂਸ ਜਿਹਾ ਇਸ਼ੂ ਹੈ। ਕੱਲ੍ਹ ਨੂੰ ਕੋਈ ਕਰਤਾਰ ਸਿੰਘ ਸਰਾਭੇ ਨੂੰ ਕਹੂਗਾ ਵੀ ਉਹ ਕਿਹੜੇ ਪਾਸਪੋਰਟ 'ਤੇ ਅਮਰੀਕਾ ਗਿਆ ਸੀ? ਫਿਰ ਇੱਦਾਂ ਨਹੀਂ ਨਾ ਕਰਨਾ ਚਾਹੀਦਾ। ਪੰਜਾਬ ਇੰਡੀਆ ਦਾ ਇੰਟੈਗਰਲ ਪਾਰਟ ਹੈ। ਪੰਜਾਬ ਦੇਖੋ, ਅਸੀਂ ਪੰਜਾਬੀ ਆਇਡੈਂਟੀ ਦੀ ਗੱਲ ਕੀਤੀ, ਇੰਟੈਗਰਲ ਪਾਰਟ ਕੁਛ ਨਹੀਂ ਹੁੰਦਾ। ਜੇ ਇੰਟੈਗਰਲ ਪਾਰਟ ਸੀ ਤਾਂ ਪੰਜਾਬ ਜਿਹੜਾ ਪਾਕਿਸਤਾਨ 'ਚ ਰਹਿ ਗਿਆ ਉਹ ਕਿਉਂ ਛੱਡਿਆ? ਉਹ ਕਿਉਂ ਨਹੀਂ ਆਪਾਂ ਨਾਲ ਲੈਂਦਾ? ਇੰਟੈਗ ਪੰਜਾਬ ਤਾਂ ਪੰਜਾਬ ਰਹਿਣਾ ਹੈ। ਪੰਜਾਬ ਜਿਹੜਾ ਵਾ ਨਨਕਾਣਾ ਸਾਹਿਬ ਤੋਂ ਬਿਨਾਂ, ਲਾਹੌਰ ਤੋਂ ਬਿਨਾਂ ਪੰਜਾਬ ਦੀ ਤਸਵੀਰ ਬਣ ਸਕਦੀ ਹੈ? ਲਾਹੌਰ ਪੰਜਾਬ ਦਾ ਪਾਰਟ ਨਹੀਂ ਸੀ, ਸੋ ਉਹ ਛੱਡ ਕੇ ਕਹਿੰਦੇ ਚੰਡੀਗੜ੍ਹ ਤੁਹਾਨੂੰ ਦੇਵਾਂਗੇ। ਹੁਣ ਦੱਸੋ ਚੰਡੀਗੜ੍ਹ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ, ਉਹ ਪੰਜਾਬ ਨੂੰ ਕਿਉਂ ਨਹੀਂ ਦਿੱਤਾ? ਫਿਰ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਦੇ ਹਿਮਾਚਲ ਦੇ ਵਿੱਚ ਕਿਉਂ ਪਾਏ ਗਏ? ਸੋ ਇਸ ਕਰਕੇ ਇਹ ਗੱਲਾਂ ਕਰਨੀਆਂ ਇਹਨਾਂ ਨੂੰ ਸੋਭਦੀਆਂ ਨਹੀਂ। ਇਹਨਾਂ ਨੇ ਪੰਜਾਬ ਨਾਲ ਜਿੰਨੇ ਧੱਕੇ ਕੀਤੇ ਆ, ਜੇ ਕਿਸੇ ਦਾ ਇੰਟੈਗਰਲ ਪਾਰਟ ਹੋਵੇ ਤਾਂ ਉਹ ਆਪਣੇ ਪਾਰ ਦਾ ਪਾਣੀ ਲੁੱਟਦਾ? ਕਿਹੋ ਆਪਣਾ ਮੰਨ ਕੇ ਤੁਹਾਡਾ ਪਾਣੀ ਲੁੱਟੀਏ, ਤੁਹਾਡੀ ਜ਼ਮੀਨ ਖਰਾਬ ਕਰ ਦਈਏ, ਤੁਹਾਡੀ ਨੌਜਵਾਨੀ ਨੂੰ ਮਾਰੀਏ? ਇਹ ਪੰਜਾਬ ਦੀ ਧਰਤੀ 'ਚ ਆਉਂਦੇ ਕਿ ਪੰਜਾਬ ਦੇ ਲੋਕਾਂ ਨੂੰ ਵੀ ਚਾਹੁੰਦੇ ਆ? ਰਮਨੀਤ ਬਿੱਟੂ ਦੇਖੋ ਉਹਦੀ ਆਦਤ ਪਤਾ ਕੀ ਹੈ, ਉਹਦੀ ਆਦਤ ਹੈ ਵੀ ਇਹੋ ਜਿਹੇ ਬਿਆਨ ਦੇ ਕੇ ਅਤੇ ਹੋਸ਼ਾਪਣ ਕਰਕੇ ਅਤੇ ਅਟੈਂਸ਼ਨ ਚਾਹੁੰਦਾ, ਅਤੇ ਜੇ ਮੀਡੀਆ ਨੂੰ ਟੈਂਸ਼ਨ ਦੇਣੀ ਬੰਦ ਕਰ ਦੂਗਾ ਤਾਂ ਸਾਰਾ ਕੁਝ ਠੀਕ ਹੋ ਜਾਣਾ। ਅੰਮ੍ਰਿਤਧਾਰੀ ਸਿੱਖਾਂ 'ਤੇ ਇਹ ਇਲਜ਼ਾਮ ਲਾਉਣਾ, ਉਹਨਾਂ ਨੂੰ ਕਹੋ ਵੀ ਅਸੀਂ ਭਾਈ ਸਰਕਾਰਾਂ ਦੇ ਟੁੱਕੜ ਬੋਝ ਨਹੀਂ ਹੈਗੇ ਜਿਹੜੇ ਕੰਮ ਕਰੀਏ, ਇੱਥੇ ਆਣ ਕੇ ਨੌਜਵਾਨ
मीडिया नूं आप उन्हीं गल्लां जो है भी कोई सीरीयस इल्जाम को हुंदा है नॉन सीरीयस गल्लां करनियां भी नौजवानों नशे करके घरों तोड़ते हैं ये बेवकूफ वाले इल्जाम ने, ये तो बचना चाहिए। देखो उन्होंने अपने कार्य करने जिहड़े नहीं किए लोगों की उन्होंने सरकारां सारे दी रह के चल गई जिहड़े मुद्दे वो कहिंदे सी हल नहीं किए अज ताइयों सत्ता चो बाहर हो गए जिहड़ी मौजूदा सरकार है वह भी यो काम कर रही जिहड़ा पहलां ने किया। सो इस तरीके दे नाल इन्हां दी अपनी जदों होंद कोई काम ना कीता होवे ते किसे ते इल्जामबाजी करके इन्हां नूं लगदा वी साडा छुटकारा इदां नहीं हुंदा। इन्हां ने जिहड़े काल तख्त टाउण वाले पार्टियां ने उह ते बयानबाजी करन, कोई गुरू दी बेदबी कराउण शामिल है, कोई चिट्टा पकाउण शामिल है, ये सारे बंदे उह बयानबाजी कर रहे ने जिन्हां दा निजी जीवन इदां दा। सो इन्हां दे बयानबाजी दी बहुत ही संगतां दे नाल असर हुंदा है, ना इन्हां दे पिछे कोई तुरदा। पर तुहाडे ते निजी मेरी गल सुणो, जिहड़े ने गड्डी दे नाल ते साडी गड्डी है, संगत ने भेट कीती जिन्ने कीती उह मीडिया च मैं दस चुका किन्ने कीती है। सो एवें बिना गल तो इशू बना किन्ने कहदे कोल खरीदी उन्होंने जाके पुछ लो, उन्हों का भूरे कोने पिंड है, उन्होंने परिवार को पुछ लो भी उन्होंने कहदे कोल खरीदी, उन्होंने को NOC हैगी कि नहीं हैगी, सारा कुछ है। हुण गड्डियां देखो एक पासे BJP वाले बंदे मेरे खिलाफ बयान देईए, दूजे पासे मैनूं कहिंदे मैं BJP वाले नूं गड्डी देती है, जां ते गड्डी दे देण ते फिर तो कोई तुक बणे। इह ते गड्डी संगत ने लई है, जिहड़े सिख ने सेवा कीती है तुसीं वरतो, ना जथेबंदी दे नां ते कराईए गड्डी, ना लैणा ना देणा। ते जे इदां दी गुशाश हुंदी ते फिर आपां उह नंबर ला के घूमदे फिरदे पंजाब दे विच। उन्होंने कहो भी तू CM की कोठी छड़ के PM की कोठी तक घराव कर ला, साधन इस गल का की लेना देना है। जो को बंदा ये अपसैट हो जाए, जो को बंद होर को ख्याल ही ना आए, सुपने किसी बंद के आने लग पैन, तो मैं लगता भी वो जवाब देंगे आप चंगे लगते हैं। उन्होंने को मुद्दे की है पंजाब का अगे जाड़ा उन्होंने परिवार ने किया, हूँ रहा खुंजा इन्हें दरदा पे करिए पंजाब के नौजवान जागे एडे बेवकूफ नहीं है भी पिछले लगन के अगली बार ता मतलब जी वोटा वोटा खड़ के भुलेखे ने जाते भी लोगों को पता लग गया भी तुम करतूत के मालिक। समस्या सब तो वड्डी समस्या नशे की है, दूसरी समस्या सब तो वड्डी इत्थे पंजाब च अपने विचरते जिहड़े लोगों की थाणियां च कोई सुनवाई नहीं होंदी, उन्हां दे घरां घरेलू केस या मसले है, कोई किसी की जमीन दबी बैठा, कोई किस की, सो बहुत समस्यावान नवें जिहड़ियां पिंड के लोग दस रहे हैं, पर नशा सब तो वड्डी समस्या बन चुका है। असीं नौजवानों दीआं कमेटियां पिंडों पिंड बना रहे हैं और नशे के खिलाफ एक वड्डी मुहिम छेड़ी जाऊगी भविख दे विच, जिहदा सिर्फ मकसद यह होगा भी नौजवानों नूं अमृत छकाउणा है ते नशे छडाउणे। गुरु सच्चे पातशाह ने मंगे ने असीं उन्हां दा हुकम ना जाइए, गुरु ने आख्या भी सी जो तो प्रेम खेलन का चाहो सिर धर तली गली मेरी आओ, हुण तुसीं दसो भी गुरु दा हुकम वजाउणा चाहिए कि नहीं वजाउणा चाहिए। सवेरे शाम बाणी पढ़ते हैं, सवेरे शाम सतगुरु का नाँ लेंगे हैं, तो सतगुरु का हुक्म वजाउण लगे सानूं की हो जाता है, सिर मैं मंगे हुण तो मेरे ते इल्जाम लाओ। इत्थे ते खून जदों सुभाष चंद्र बोस ने कहा भी मैनूं खून दो मैं आजादी दूंगा, मैं तो आप फिर नहीं मंगण दिया, मैं तो फिर यो कहना नौजवानों भी नौजवानों सीस गुरु ने मंगे, गुरु नूं देने पैणे आ, गुरु नूं सीस दित्ते बिना साडा गुजारा नहीं, इहदे च गलत गल की है। एक स्पीच का कोई शब्द कट के विखाओ भी जो पाठ पैन वाली गल है, लीडर ने तो आप पाठ पाना होंगे, इतने पंजाब च हिंदू भी नौजवान इतने आए होने हैं, आप पता कर लियो संगत दे विच उन्होंने कोई पाठ पीता नजर नहीं आ रहा। पंजाब का मसला है, पंजाब ते दिल्ली की लड़ाई है, हिंदू सिख का पाठ किवें पैजू, पंजाब का हिंदू नहीं चाहता पंजाब का भला होवे, चाहता ही है ना, तो जे चाहता वा तो पंजाब से सिख हिंदू का मसला किवें बनूगा। असी राज महाराज रणजीत सिंह कट्ठियां कीता है, कट्ठियां राज माणिया है, तो ये दिल्ली सानू ये तय करूगी दिल्ली के बहकावे चा के ना तो किसी सिख नूं, कई सिख भी यहोजे भेखाधारी सिख ने जिहड़े भेस के रूप से सिख नजर आते हैं पर दिल्ली के हक च खड़ते हैं, तो कई हिंदुओं च भी होणगे वह सारे होंदे आ, पर जिहड़ी बहुती आबादी कौम की सिखां दी ते हिंदुआं दी है वह पंजाब के हकां च खड़ूगी, पंजाब के पाणियां पंजाब के हकां वास्ते संघर्ष करूगी।